पूरे पंजाब दे विच लॉकडाउन लगा ते सिक्ख्या सकत्तर दा बयान भी हैगा भी न्याणे स्कूल विच नहीं बुला सकदे तुसीं किद्दां बुला ले फिर सर डाउट क्लियर करन आंदे बच्चे उदों नहीं आंदे रेगुलर उदों नहीं आंदे सर तुसीं बच्चे स्कूल दे विच बुलाए होए सर असीं नहीं बच्चे बुलाए बच्चे पुछणा बच्चे किद्दां पुछणा तुसीं सद्दे तां ही आए फिर न्याणे पूरे लॉकडाउन लग्या होया बच्चे तुसीं कौन हो तुसीं की होए ਹਾਂਜੀ ਕੀ ਨਾਂ ਸਰ ਆਪਣਾ ਕੀ ਨਾਂ ਕੀ ਆਪਣਾ ਰਾਜੇਸ਼ ਕੁਮਾਰ ਇਹ ਸਰ ਫਿਰ ਤੁਸੀਂ ਨਿਆਣੇ ਜਿਹੜੇ ਇਹਦੇ ਬਾਰੇ ਕੀ ਕਹੋਗੇ ਬੱਚੇ ਸਿਰਫ ਡਾਊਟ ਕਲੀਅਰ ਕਰਨ ਵਾਸਤੇ ਜਿਹਨਾਂ ਨੂੰ ਡਾਊਟ ਹੁੰਦਾ ਸਰ ਉਹ ਬੁਲਾਈਦੇ ਸਰ ਬਾਕੀ ਸਕੂਲਾਂ ਦੇ ਸਰਕਾਰੀਆਂ ਦੇ ਵਿੱਚ ਕਿਉਂ ਨਹੀਂ ਬੱਚੇ ਜਾਂਦੇ ਹੈਗੇ ਉਹਨਾਂ ਦੇ ਅਧਿਆਪਕ ਕਿਉਂ ਨਹੀਂ ਬੁਲਾਉਂਦੇ ਤੁਸੀਂ ਕਿਉਂ ਬੁਲਾਉਂਦੇ ਤਸਵੀਰਾਂ ਹੁਸ਼ਿਆਰਪੁਰ ਦੇ ਗੜ ਸ਼ੰਕਰ ਦੀਆਂ ਹਨ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਕਰਕੇ ਸੂਬੇ ਭਰ ਵਿੱਚ 15 ਮਈ ਤੱਕ ਮਿੰਨੀ ਲਾਕਡਾਊਨ ਲਗਾਇਆ ਹੋਇਆ ਹੈ ਉੱਥੇ ਸਰਕਾਰੀ ਸਕੂਲਾਂ ਅਤੇ ਸਿੱਖਿਆ ਅਦਾਰਿਆਂ ਨੂੰ ਪੂਰਨ ਤੌਰ ਤੇ ਬੰਦ ਵੀ ਕੀਤਾ ਗਿਆ ਹੈ ਗੜਸ਼ੰਕਰ ਦੇ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਸਿੰਬਲੀ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆਈਆਂ ਹਨ ਇੱਥੇ ਸਕੂਲ ਦੇ ਵਿੱਚ ਅਧਿਆਪਕਾਂ ਵੱਲੋਂ ਛੋਟੀ ਕਲਾਸਾਂ ਦੇ ਬੱਚਿਆਂ ਨੂੰ ਸਕੂਲ ਵਿੱਚ ਬੁਲਾ ਕੇ ਪੜ੍ਹਾਇਆ ਜਾ ਰਿਹਾ ਹੈ ਜਦੋਂ ਪੱਤਰਕਾਰਾਂ ਦੀ ਟੀਮ ਨੇ ਸਰਕਾਰੀ ਸਕੂਲ ਸਿੰਬਲੀ ਦਾ ਦੌਰਾ ਕੀਤਾ ਤਾਂ ਵੇਖਿਆ ਗਿਆ ਕਿ ਸਕੂਲ ਦੇ ਵਿੱਚ ਛੋਟੀਆਂ ਕਲਾਸਾਂ ਦੇ ਬੱਚੇ ਕਮਰਿਆਂ ਦੇ ਵਿੱਚ ਪੜ੍ਹਦੇ ਹੋਏ ਵਿਖਾਈ ਦੇ ਰਹੇ ਸਨ ਜਦੋਂ ਇਸ ਸੰਬੰਧੀ ਉੱਥੇ ਮੌਜੂਦ ਅਧਿਆਪਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੱਚੇ ਇੱਥੇ ਕੁਝ ਸਮਝਣ ਲਈ ਆਉਂਦੇ ਹਨ ਪਰ ਉਹਨਾਂ ਇਸ ਗੱਲ ਨੂੰ ਮੰਨਿਆ ਕਿ ਸਕੂਲ ਵਿੱਚ ਬੱਚਿਆਂ ਨੂੰ ਨਹੀਂ ਬੁਲਾ ਸਕਦੇ ਉਧਰ ਦੂਸਰੇ ਪਾਸੇ ਜ਼ਿਲ੍ਹਾ ਸਿੱਖਿਆ ਅਫਸਰ ਹੁਸ਼ਿਆਰਪੁਰ ਗੁਰਸ਼ਰਨ ਸਿੰਘ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਕੂਲ ਦੇ ਉੱਪਰ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਹੈ ਇਹ ਕਿਹੜੀ ਕਲਾਸ 'ਚ ਪੜ੍ਹਦੇ ਇਹ ਤੁਸੀਂ ਅੱਜ ਸਕੂਲ ਆਏ ਕਾਹਦੇ ਲਈ ਆਏ ਤੁਸੀਂ ਮੈਡਮ ਨੇ ਸੱਦੇ ਜਾਂ ਸਕੂਲ ਵਾਲੇ ਸੱਦੇ ਸਮਝਣ ਆਉਂਦੇ ਰੋਜ਼ ਆਉਂਦੇ ਇਹ ਬੇਟਾ ਰੋਜ਼ ਆਉਂਦੇ ਤੁਸੀਂ ਅੱਛਾ ਕਦੇ ਕਦੇ ਆਉਂਦੇ ਹਾਂਜੀ ਕਿਹੜੀ ਕਲਾਸ 'ਚ ਪੜ੍ਹਦੇ ਬੇਟਾ ਤੁਸੀਂ ਸੈਕਿੰਡ 'ਚ ਪੜ੍ਹਦੇ ਸੈਕਿੰਡ 'ਚ ਪੜ੍ਹਦੇ ਕਿਹੜੀ ਕਲਾਸ 'ਚ ਪੜ੍ਹਦੇ ਪੂਰੇ ਪੰਜਾਬ ਦੇ ਵਿੱਚ ਲੋਕਡਾਊਨ ਲੱਗਾ ਅਤੇ ਸਿੱਖਿਆ ਸਕੱਤਰ ਦਾ ਬਿਆਨ ਵੀ ਹੈਗਾ ਵੀ ਨਿਆਣੇ ਸਕੂਲ ਵਿੱਚ ਨਹੀਂ ਬੁਲਾ ਸਕਦੇ ਤੁਸੀਂ ਕਿੱਦਾਂ ਬੁਲਾ ਲਏ ਫਿਰ ਸਰ ਡਾਊਟ ਕਲੀਅਰ ਕਰਨ ਆਉਂਦੇ ਬੱਚੇ ਉਦੋਂ ਨਹੀਂ ਆਉਂਦੇ ਰੈਗੂਲਰ ਉਦੋਂ ਵੀ ਆਉਂਦੇ ਸਰ ਬਾਕੀ ਤੁਸੀਂ ਬੱਚੇ ਸਕੂਲ ਦੇ ਵਿੱਚ ਬੁਲਾਏ ਹੋਏ ਸਰ ਅਸੀਂ ਨਹੀਂ ਬੱਚੇ ਬੁਲਾਏ ਬੱਚੇ ਪੁੱਛਣਗੇ ਬੱਚੇ ਕਿੱਦਾਂ ਪੁੱਛਣਾ ਤੁਸੀਂ ਸੱਦੇ ਤਾਂ ਹੀ ਆਏ ਫਿਰ ਨਿਆਣੇ ਪੂਰੇ ਲੋਕਡਾਊਨ ਲੱਗਿਆ ਹੋਇਆ ਬੱਚੇ ਤੁਸੀਂ ਕੌਣ ਤੁਸੀਂ ਕੀ ਹੋਏ ਹਾਂਜੀ ਕੀ ਨਾਂ ਸਰ ਆਪਣਾ ਕੀ ਨਾਂ ਕੀ ਆਪਣਾ ਰਾਜੇਸ਼ ਕੁਮਾਰ ਇਹ ਸਰ ਫਿਰ ਤੁਸੀਂ ਨਿਆਣੇ ਜਿਹੜੇ ਇਹਦੇ ਬਾਰੇ ਕੀ ਕਹੋਗੇ ਬੱਚੇ ਸਿਰਫ ਡਾਊਟ ਕਲੀਅਰ ਕਰਨ ਵਾਸਤੇ ਜਿਹਨਾਂ ਨੂੰ ਡਾਊਟ ਹੁੰਦਾ ਸਰ ਉਹ ਬੁਲਾਈਦੇ ਸਰ ਬਾਕੀ ਸਕੂਲਾਂ ਦੇ ਸਰਕਾਰੀਆਂ ਦੇ ਵਿੱਚ ਕਿਉਂ ਨਹੀਂ ਬੱਚੇ ਜਾਂਦੇ ਹੈਗੇ ਉਹਨਾਂ ਦੇ ਅਧਿਆਪਕ ਕਿਉਂ ਨਹੀਂ ਬੁਲਾਉਂਦੇ ਤੁਸੀਂ ਕਿਉਂ ਬੁਲਾਉਂਦੇ ਸਰ ਸਿਰਫ ਡੇਲੀ ਕੋਈ ਨਹੀਂ ਆਉਂਦਾ ਇਹ ਸਿਰਫ ਜਿਹਨਾਂ ਨੂੰ ਡਾਊਟ ਹੁੰਦਾ ਹੈ ਉਹ ਆਉਂਦੇ ਬਾਕੀ ਰੂਮ ਕਲਾਸ ਵੀ ਲੱਗਦੀਆਂ ਬਾਕੀਆਂ ਕੋਈ ਇਹੋ ਜਿਹੀ ਹੋਰ ਨਿਆਣੇ ਵੀ ਆਉਂਦੇ ਤੁਹਾਡੇ ਸਕੂਲ ਬਾਕੀ ਸਾਡੇ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਨੇ ਕਿ ਕੋਈ ਵੀ ਬੱਚਾ ਜਿਹੜਾ ਸਕੂਲ ਨਹੀਂ ਆ ਸਕਦਾ ਸੋ ਇਹ ਜਿਹੜਾ ਮਾਮਲਾ ਹੈ ਅੱਜ ਹੀ ਮੀਡੀਆ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਅਤੇ ਇਸ ਦੀ ਹੁਣ ਅਸੀਂ ਬਿਲਕੁਲ ਤੁਰੰਤ ਪੜਤਾਲ ਕਰਵਾਵਾਂਗੇ ਅਤੇ ਉਹਦੇ ਮੁਤਾਬਕ ਜੇ ਜੋ ਵੀ ਗੱਲ ਸੱਚ ਨਿਕਲੀ ਉਹਦੇ ਮੁਤਾਬਕ ਅਸੀਂ ਉਹਦੀ ਬਣਦੀ ਕਾਰਵਾਈ ਜਿਹੜੀ ਆ ਉਹਦੇ ਅਧਿਕਾਰੀਆਂ ਵਿਰੁੱਧ ਜਾਂ ਸਕੂਲ ਦੇ ਮੁਖੀਆਂ ਵਿਰੁੱਧ ਜਾਂ ਸਕੂਲ ਦੇ ਅਧਿਆਪਕਾਂ ਵਿਰੁੱਧ ਕੀਤੀ ਜਾਊਗੀ ਬਿਲਕੁਲ ਜੀ ਬਿਲਕੁਲ ਵਿਦਿਆਰਥੀ ਕੋਈ ਵੀ ਬੱਚਾ ਸਕੂਲ ਨਹੀਂ ਆਏਗਾ ਉਹ ਬੱਚਿਆਂ ਨੂੰ ਔਨਲਾਈਨ ਸਟੱਡੀ ਕਰਵਾਈ ਜਾਊਗੀ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਕੰਮ ਭੇਜਿਆ ਜਾਊਗਾ ਅਤੇ ਜਿਹੜਾ ਅਧਿਆਪਕ ਸਕੂਲ ਆ ਸਰ ਸਰਕਾਰੀ ਸਕੂਲਾਂ ਦੇ ਅਧਿਆਪਕ ਜਿਹੜੇ ਆ ਉਹ ਸਕੂਲ ਆਉਣਗੇ ਬਿਲਕੁਲ ਜੀ ਵਿਭਾਗੀ ਕਾਰਵਾਈ ਲਈ ਅਸੀਂ ਜਿਹੜੀ ਉੱਚ ਅਧਿਕਾਰੀਆਂ ਲਿਖਾਂਗੇ ਹੁਸ਼ਿਆਰਪੁਰ ਤੋਂ ਯੋਗੇਸ਼ ਬਹਿਲ ਦੀ ਰਿਪੋਰਟ ਪੰਜਾਬ ਟੂਡੇ